ਰਿਐਕਸ਼ਨ ਹੁੰਦਾ ਦੁਨੀਆ ਦੀ ਹਰ ਇੱਕ ਸ਼ੈ ਦੇ ਵਿੱਚ। ਸਾਰੀ ਪ੍ਰਕਿਰਤੀ ਇੱਕ ਦੂਜੇ ਦੀ ਪ੍ਰਸ਼ੰਸਾ ਆ ਜਾਂ ਇੱਕ ਦੂਜੇ ਦੀ ਨਿੰਦਿਆ ਆ। ਅਸੀਂ ਕਿਸੇ ਨੂੰ ਚੰਗਾ ਕਹਿ ਸਕਦੇ ਜਾਂ ਮਾੜਾ ਕਹਿ ਸਕਦੇ, ਦੋਵੇਂ ਚੀਜ਼ਾਂ ਕਹਿ ਸਕਦੇ, ਵਿੱਚ ਵਿਚਾਲੇ ਨਹੀਂ ਰੱਖ ਸਕਦੇ ਗੱਲ। ਜਾਂ ਪ੍ਰਸ਼ੰਸਾ, ਜੇ ਫੁੱਲ ਪ੍ਰਸ਼ੰਸਾ ਆ ਅਤੇ ਕੰਡੇ ਨਿੰਦਿਆ ਆ, ਅਤੇ ਸਰਹੱਦਾਂ ਬਦਲਣ ਦੇ ਨਾਲ ਹੀ ਪਾਪ ਪੁੰਨ ਅਤੇ ਪ੍ਰਸ਼ੰਸਾ ਅਤੇ ਨਿੰਦਿਆ ਬਦਲ ਜਾਂਦੀ ਆ। ਜਿਹੜੀ ਚੀਜ਼ ਦੀ ਅਸੀਂ ਪ੍ਰਸ਼ੰਸਾ ਕਰਦੇ ਹਾਂ, ਹੋ ਸਕਦਾ ਉਸ ਮੁਲਕ ਦੇ ਸਰਹੱਦ ਤੋਂ ਪਾਰ ਉਸ ਚੀਜ਼ ਦੀ ਨਿੰਦਿਆ ਹੁੰਦੀ ਹੋਵੇ। ਤੂੰ ਪਾਪ ਪੁੰਨ ਦੀਆਂ ਛੱਡ ਗੱਲਾਂ, ਇਹ ਥਾਂ ਥਾਂ ਰੰਗ ਬਦਲਦੇ ਨੇ, ਪਰ ਬੰਦੇ ਨੂੰ ਦਿਲ 'ਚ ਪਤਾ ਹੁੰਦਾ ਕੀ ਠੀਕ ਆ ਕੀ ਗਲਤ ਆ। ਪਰ ਐਕਸ਼ਨ ਦੇ ਨਾਲ ਰਿਐਕਸ਼ਨ, ਜੇ ਅਸੀਂ ਕਿਸੇ ਨੂੰ ਗੁੱਸੇ 'ਚ ਕਹਾਂਗੇ, ਕੈਸੇ ਮੁਮਕਿਨ ਹੈ ਕਿ ਧੂੰਆਂ ਵੀ ਨਾ ਹੋ ਔਰ ਦਿਲ ਵੀ ਜਲੇ, ਚੋਟ ਪੜਤੀ ਹੈ ਤੋ ਪੱਥਰ ਵੀ ਸਦਾ ਦਿੱਤੇ ਹੈ, ਪੱਥਰਾਂ 'ਚੋਂ ਵੀ ਆਵਾਜ਼ ਆਉਂਦੀ ਆ। ਐਕਸ਼ਨ ਦੇ ਨਾਲ ਰਿਐਕਸ਼ਨ, ਜਦੋਂ ਅਸੀਂ ਕਿਸੇ ਨੂੰ ਕੋਈ ਗੁੱਸੇ 'ਚ ਕਹਾਂਗੇ ਤਾਂ ਅਗਲਾ ਗੁੱਸੇ 'ਚ ਹੀ ਬੋਲੇਗਾ। ਅਤੇ ਦੂਸਰੀ ਗੱਲ ਹੈਗੀ ਆ, ਜੇ ਕਿਸੇ ਦੇ ਦਿਲ ਦੇ ਵਿੱਚ ਜਿਹੜੀ ਚੀਜ਼ ਹੈਗੀ ਬਾਹਰ ਉਹੀ ਡੁੱਲੂਗੀ। ਜੇ ਤੁਸੀਂ ਕੌਫੀ ਲੈ ਕੇ ਜਾਂਦੇ ਆ, ਮੈਂ ਜਾ ਕੇ ਕਾਕੇ 'ਚ ਵੱਜਾਂ ਅਤੇ ਬਾਹਰ ਕੌਫੀ ਡੁੱਲੂਗੀ ਤਾਂ ਦੁੱਧ ਥੋੜ੍ਹਾ ਡੁੱਲਣਾ ਆ। ਐਂਡ ਨੂੰ ਤੁਹਾਡੇ ਦਿਲ ਦੇ ਵਿੱਚ ਕੀ ਸੀ? ਜਦੋਂ ਮਾੜਾ ਜਿਹਾ ਛਲਕਾਓਗੇ ਨਾ, ਜਦੋਂ ਸਾਰਾ ਕੁਝ ਠੀਕ ਠਾਕ ਚੱਲ ਰਿਹਾ, ਫਿਰ ਤਾਂ ਸਾਰੇ ਸਹੀ ਆ। ਗੱਲ ਤਾਂ ਛਲਕਾਉਣ 'ਤੇ ਆ, ਛਲਕਾਉਣ 'ਚ ਤੇਰੇ ਛਲਕਾਉਣ ਦੇ ਉੱਤੇ ਤੇਰੇ 'ਚੋਂ ਕੀ ਨਿਕਲਿਆ? ਉਸ ਵੇਲੇ ਦੁੱਧ ਨਿਕਲੇ। ਜੇ ਮੈਂ ਤੈਨੂੰ ਨਾ ਛਲਕਾਵਾਂ ਤਾਂ ਬਸ਼ੱਕ ਸਾਰੀ ਉਮਰ ਨਾ ਛਲਕਾਵਾਂ, ਜੇ ਇੱਕ ਵਾਰੀ ਛਲਕਾਤਾ ਤਾਂ ਜਿਹੜੀ ਚੀਜ਼ ਵਿੱਚ ਹੋਈ ਉਹ ਬਾਹਰ ਆ ਜਾਏਗੀ। ਇਸੇ ਤਰੀਕੇ ਦੇ ਨਾਲ ਇਹ ਸਾਡੇ ਰਿਐਕਸ਼ਨ ਨੇ, ਐਕਸ਼ਨ। ਅਸੀਂ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਇੱਕ ਐਕਸ਼ਨ ਕਰਦੇ ਹਾਂ, ਜਿਹਨੂੰ ਅਸੀਂ ਬਹੁਤ ਦਿਲੋਂ ਪਿਆਰ ਕਰਦੇ ਹਾਂ ਉਹਦਾ ਨਾਂ ਲੈਂਦੇ ਹਾਂ। ਚੰਚਲ ਹਵਾਏ ਆਂਚ ਲੁੜਾਏ ਲੇਕਿਨ ਮੈਂ ਥਾਮ ਲੂੰ, ਸਮਝੋ ਇਸ਼ਾਰਾ ਜਬ ਮੈਂ ਤੁਹਾਰਾ ਕੋਈ ਵੀ ਨਾਮ ਲੂੰ। ਜਿਹਨੂੰ ਤੁਸੀਂ ਪਿਆਰ ਕਰਦੇ ਹੋ ਉਹਨੂੰ ਕਿਸੇ ਵੀ ਨਾਂ ਨਾਲ ਬੁਲਾ ਸਕਦੇ ਹਾਂ। ਉਹਨੂੰ ਪਾਣੀ ਕਹਿ ਲਓ, ਉਹਨੂੰ ਧੁੱਪ ਕਹਿ ਲਓ, ਉਹਨੂੰ ਹਵਾ ਕਹਿ ਲਓ, ਉਹਨੂੰ ਫੁੱਲ ਕਹਿ ਲਓ, ਉਹਨੂੰ ਜੋ ਮਰਜ਼ੀ ਕਹਿ ਲਓ। ਮੈਨੂੰ ਕਿਸੇ ਨੇ ਪੁੱਛਿਆ, ਤੁਹਾਨੂੰ ਪਤਾ ਮੇਰੀ ਸਾਰੀ ਦੁਨੀਆ ਮੇਰੇ ਭਰਾ ਨੇ, ਮੈਂ ਸਾਰੀ ਦੁਨੀਆ ਨੂੰ ਉਹਨਾਂ ਦੀਆਂ ਅੱਖਾਂ 'ਚੋਂ ਵੇਖਦਾ। ਅਤੇ ਮੈਨੂੰ ਕਿਸੇ ਨੇ ਪੁੱਛਿਆ, ਤੁਹਾਨੂੰ ਵੱਡੇ ਭਾਅ ਜੀ ਕੀ ਕਹਿ ਕੇ ਬੁਲਾਉਂਦੇ? ਮੈਂ ਕਿਹਾ 14 ਸਾਲ ਤੱਕ ਤਾਂ ਮੈਂ ਇਹੀ ਸਮਝ ਹੀ ਗਿਆ ਮੇਰਾ ਨਾਂ ਓਏ ਆ, ਓਏ ਤੋੜਨਾ ਦਈ, ਓਏ ਡਿੱਗਣਾ ਪਈ। ਮਤਲਬ ਉਹ ਪਿਆਰ 'ਚ ਕਿਹਾ ਗਿਆ। ਜੇ ਮੈਨੂੰ ਕੋਈ ਪੁੱਛੇ ਤੁਸੀਂ ਲੜਦੇ ਨਹੀਂ ਘਰ ਕਦੇ, ਮੈਂ ਇਸ ਤਰੀਕੇ ਨਾਲ ਮੈਂ ਪਲਿਆ ਉਹਨਾਂ ਦੀਆਂ ਬਾਹਾਂ 'ਚ, ਉਹਨਾਂ ਦੇ ਹੱਥਾਂ 'ਚ। ਮੈਂ ਇੱਕ ਗੀਤ ਗਾਉਣਾ ਹੁੰਦਾ, ਧੰਨਵਾਦੀ ਉਹਨਾਂ ਵੱਡਿਆਂ ਦਾ ਜਿਹਨਾਂ ਗੋਦੀ ਚੁੱਕ ਖਿਡਾਇਆ, ਧੰਨਵਾਦੀ ਉਹਨਾਂ ਹਾਣੀਆਂ ਦਾ ਜਿੰਨਾ ਸੰਗ ਸ਼ੋਰ ਮਚਾਇਆ, ਧੰਨਵਾਦੀ ਉਹਨਾਂ ਕਦਰਦਾਨਾਂ ਦਾ ਜਿੰਨੀ ਦਿੱਲੀ ਵਸਾਇਆ, ਧੰਨਵਾਦੀ ਮੈਂ ਉਸ ਮਾਂ ਦਾ ਜਿਸ ਮੇਰੀ ਮਾਂ ਨੂੰ ਜਾਇਆ, ਫਿਰ ਧੰਨਵਾਦੀ ਉਸ ਮਾਂ ਦਾ ਜਿਸ ਪੀੜਾਂ ਝੱਲ ਕੇ ਜਾਇਆ। ਦੁਨੀਆਂ ਦੇ ਵਿੱਚ ਹੋਰ ਵੀ ਰਿਸ਼ਤੇ ਮਾਂ ਵਰਗਾ ਨਾ ਕੋਈ, ਢੋਈ ਮਿਲੂ ਨਾ ਪੂਰੇ ਜੱਗ ਵਿੱਚ ਜੇ ਮਾਂ ਗੁੱਸੇ ਹੋਈ। ਅਤੇ ਅਸੀਂ ਕੀ ਕਹਿੰਦੇ ਹਾਂ ਕੁਛ ਵੀ ਕੰਮ ਕਰਨ ਤੋਂ ਪਹਿਲਾਂ? ਜਦ ਕੰਮ ਨਵਾਂ ਚਲਾਉਣਾ ਹੋਵੇ ਜਾਂ ਕੋਈ ਕਾਜ ਰਚਾਉਣਾ ਹੋਵੇ ਤੇ ਸਾਰੇ ਬੋਲੋ ਜੈ ਮਾਂ ਜੈ ਮਾਂ ਜੈ ਮਾਂ, ਤੇ ਸਾਰੇ ਬੋਲੋ ਜੈ ਮਾਂ ਜੈ ਮਾਂ ਜੈ ਮਾਂ, ਤੇ ਸਾਰੇ ਬੋਲੋ ਜੈ ਮਾਂ ਜੈ ਮਾਂ ਜੈ ਮਾਂ, ਸਾਰੇ ਬੋਲੋ ਜੈ ਮਾਂ ਜੈ ਮਾਂ ਜੈ ਮਾਂ, ਤੇ ਸਾਰੇ ਬੋਲੋ ਜੈ ਮਾਂ ਜੈ ਮਾਂ ਜੈ ਮਾਂ, ਸਾਰੇ ਬੋਲੋ ਜੈ ਮਾਂ ਜੈ ਮਾਂ ਜੈ ਮਾਂ। ਜਿਨ੍ਹਾਂ ਜਿਨ੍ਹਾਂ ਨੇ ਫੋਟੋਆਂ ਖਿਚਾਈਆਂ ਸਭ ਤੋਂ ਘੱਟ ਉਹ ਬੋਲਦੇ ਆ, ਮੈਨੂੰ ਪਤਾ ਹੁੰਦਾ ਮੈਂ ਕਦੇ ਨਾ ਖਿਚਾਉਂਦਾ। ਤੇ ਸਾਰੇ ਬੋਲੋ ਜੈ ਮਾਂ ਜੈ ਮਾਂ ਜੈ ਮਾਂ, ਤੇ ਸਾਰੇ ਬੋਲੋ ਜੈ ਮਾਂ।
ਦਰਸ਼ਨ ਪਾਵਾਂ ਜੇ ਮੈਂ ਆਖੇ ਇੱਥੋਂ ਉੜ ਜਾਏ ਉੱਥੇ ਹੀ ਮਰ ਜਾਵਾਂ ਸਾਰੇ ਬੋਲੋ ਜੈ ਮਾਂ ਜੈ ਮਾਂ ਜੈ ਮਾਂ ਸਾਰੇ ਬੋਲੋ ਜੈ ਮਾਂ ਜੈ ਮਾਂ ਜੈ ਮਾਂ ਜੈ ਮਾਂ ਜੈ ਮਾਂ ਸਾਰੇ ਬੋਲੋ ਜੈ ਮਾਂ ਸਵਰਗ ਹੋਵੇ ਇਹ ਸਾਰੀ ਦੁਨੀਆ ਕਹਿੰਦੀ ਏ ਮਾਂ ਦੇ ਚਰਨਾਂ ਵਿੱਚ ਸਵਰਗ ਹੋਵੇ ਇਹ ਸਾਰੀ ਦੁਨੀਆ ਕਹਿੰਦੀ ਏ ਜਿਸ ਘਰ ਵਿੱਚ ਮਾਂ ਨੂੰ ਪੂਜਦੇ ਨੇ ਉਸ ਘਰ ਵਿੱਚ ਬਰਕਤ ਰਹਿੰਦੀ ਸਾਰੇ ਬੋਲੋ ਜੈ ਮਾਂ